ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਮੱਛੀ ਮਾਰਕੀਟ ਵਿੱਚ ਵੱਖ ਵੱਖ ਸਾਧਨਾਂ ਰਾਹੀਂ ਮੱਛੀ ਲਿਆ ਕੇ ਵੇਚਣ ਵਾਲੇ ਠੇਕੇਦਾਰ ਅਤੇ ਮੱਛੀ ਫਾਰਮਰ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਮੰਡੀ ਦੇ ਸਰਕਾਰ ਤੋਂ ਦੁਕਾਨ ਖਰੀਦ ਕੇ ਕਾਰੋਬਾਰ ਕਰ ਰਹੇ ਦੁਕਾਨਦਾਰਾਂ ਵੱਲੋਂ ਉਹਨਾਂ ਤੋਂ 5-7% ਗੁੰਡਾ ਟੈਕਸ ਲੈਣ ਦੀ ਬਜਾਏ ਬਣਾਏ ਜਾ ਰਹੇ ਦਬਾਅ ਦਾ ਡਟ ਕੇ ਵਿਰੋਧ ਕੀਤਾ ਗਿਆ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਫਿਸ਼ਰਮੈਨ ਸੁਸਾਇਟੀ ਦੇ ਚੇਅਰਮੈਨ ਰਾਕੇਸ਼ ਕੁਮਾਰ ਸੋਨਕਰ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਇਸ ਮੰਡੀ ਦੇ ਵਿੱਚ ਮੱਛੀ ਦਾ ਕਾਰੋਬਾਰ ਕਰ ਰਹੇ ਨੇ। ਉਹਨਾਂ ਦੱਸਿਆ ਕਿ ਉਹ ਲੋਕ ਮਾਰਕੀਟ ਕਮੇਟੀ ਨੂੰ ਸਰਕਾਰੀ ਫੀਸ ਜਮ੍ਹਾਂ ਕਰਵਾ ਰਹੇ ਨੇ, ਪਰ ਹੁਣ ਮਾਰਕੀਟ ਦੇ ਕੁਝ ਦੁਕਾਨਦਾਰਾਂ ਵੱਲੋਂ ਉਹਨਾਂ ਤੇ ਨਾਜਾਇਜ਼ ਤੌਰ ਤੇ 5-7% ਤੱਕ ਕਮਿਸ਼ਨ ਦੇਣ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਨਾ ਦੇਣ ਦੀ ਸੂਰਤ ਦੇ ਵਿੱਚ ਮੰਡੀ ਦੇ ਗੇਟ ਨੂੰ ਤਾਲਾ ਲਾਉਣ ਅਤੇ ਹੋਰ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਵਾਈਸ ਚੇਅਰਮੈਨ ਵਪਾਰ ਸੈਲ PVCC ਕਾਂਗਰਸ ਪ੍ਰਦੇਸ਼ ਕਮੇਟੀ, ਮੈਂ ਆਪ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਉੱਤੇ ਇਹ 4 ਦਿਨ ਪਹਿਲੇ ਜਿਹੜੀ ਸਾਨੂੰ ਧਮਕੀ ਔਰ ਪਰਚਾ ਕਰਾਉਣ ਵਾਸਤੇ ਕਿਹਾ ਗਿਆ, ਅਸੀਂ ਪ੍ਰਸ਼ਾਸਨ ਕੋਲ ਮੰਗ ਕਰਕੇ ਅੱਜ ਪੁਲਿਸ ਕਮਿਸ਼ਨਰ ਕੋਲ ਔਰ DC ਨੂੰ ਮੰਗ ਪੱਤਰ ਦੇ ਕੇ ਆਏ ਹਾਂ ਔਰ ਨਾਲੇ ਮੰਡੀ ਬੋਰਡ ਨੂੰ ਦੇ ਕੇ ਆਏ ਹਾਂ। ਮੰਡੀ ਬੋਰਡ ਨੇ ਕਿਹਾ ਅਸੀਂ ਤੁਹਾਨੂੰ ਬਸਾਇਆ, ਅਸੀਂ ਤੁਹਾਨੂੰ ਉਜੜਾ ਨਹੀਂ ਦੇਵਾਂਗੇ, ਤੁਸੀਂ ਉੱਥੇ ਡਰ ਕੇ ਕੰਮ ਕਰੋ, ਜਿਹੜਾ ਕੋਈ ਧੱਕਾ ਦੌੜਿਆ ਕਰਦਾ ਸਾਨੂੰ ਕੰਪਲੇਂਟ ਕਰੋ, ਅਸੀਂ ਉਹ ਪੁਲਿਸ ਪ੍ਰਸ਼ਾਸਨ ਨੂੰ ਦੇਵਾਂਗੇ ਔਰ ਅੱਜ ਉਹ ਸਜ਼ਾ ਉਹਨਾਂ ਨੂੰ ਦੇ ਦੇਣਗੇ। ਇਹਨਾਂ ਨੇ ਸਾਨੂੰ ਕੱਲ੍ਹ ਵੀ ਧਮਕੀ ਦਿੱਤੀ ਆ ਕਿ ਹਾਂ ਤੁਹਾਨੂੰ ਗੱਡੀ ਤਾਲਾ ਮਾਰ ਕੇ ਰੱਖਾਂਗੇ, ਜਿਹੜੀ ਗੱਡੀ ਕਮਿਸ਼ਨ ਦੇਊਗੀ ਅਸੀਂ ਉਹਦੀ ਗੱਡੀ ਅੰਦਰ ਲਾਵਾਂਗੇ, ਬਾਕੀ ਹੋਰ ਕੋਈ ਗੱਡੀ ਤੁਹਾਡੀ ਨਜਾਇਜ਼ ਨਹੀਂ ਬਚਾਂਗੇ। 7% ਤੋਂ ਲੈ ਕੇ ਵਪਾਰੀ ਕੋਲ, ਜਿਹੜਾ ਵਪਾਰੀ ਮਾਲ ਲੈ ਕੇ ਆਏਗਾ ਉਹਦੀ ਮੱਛੀ ਅਸੀਂ ਆਪਣੀ ਮਰਜ਼ੀ ਨਾਲ ਵੇਚਾਂਗੇ, ਤੁਸੀਂ ਉਹਨੂੰ ਕੋਈ ਕਹਿਣ ਵਾਲੇ ਨੇ, ਸਾਡੀ ਦੁਕਾਨਾਂ ਸਾਡੀ ਮੰਡੀ, ਅਸੀਂ ਜੋ ਚਾਹਾਂਗੇ ਉਹ ਕਰਾਂਗੇ, ਤੁਸੀਂ ਕੁਝ ਨਹੀਂ ਕਰ ਸਕਦੇ। ਅੱਜ ਦਾ ਮੁੱਦਾ ਇਹ ਹੈ ਜੀ, ਅਸੀਂ ਦੁਕਾਨਾਂ ਲੈ ਰੱਖੀਆਂ ਨੇ 4-4 ਸਾਲ ਹੋ ਗਏ, ਮੁੱਲ ਪੈਸੇ ਅਸੀਂ ਭਰ ਰੱਖੇ ਨੇ ਮੰਡੀ ਬੋਰਡ ਨੂੰ, ਸਾਡੀਆਂ ਦੁਕਾਨਾਂ 'ਤੇ ਮੱਛੀ ਨਹੀਂ ਵਿਕਦੀ, ਠੀਕ ਹੈ ਨਾ ਜੀ। ਜਿਹੜੇ ਦੂਸਰੇ ਟੈਂਪੂ ਯੂਨੀਅਨ ਬਣਾ ਰੱਖੀ ਹੈ, 150 ਰੁਪਈਆ ਦੇ ਕੇ ਉਸ ਇਹ ਜਿਹੜੇ ਮੂਹਰੇ ਬੰਦੇ ਨੇ ਉਹ ਪੈਸੇ ਲਈ ਜਾਂਦੇ ਨੇ, ਉਹ ਆਪਣੀਆਂ ਜੇਬਾਂ ਭਰੀ ਜਾਂਦੇ ਨੇ, ਇਹਨਾਂ ਤੋਂ ਸਾਰਿਆਂ ਤੋਂ ਪੈਸੇ ਨੇਮ ਚੁਕਾ ਕੇ ਪੁੱਛੋ ਉਹਨਾਂ ਦੀ ਨਹੀਂ ਲੈਂਦੇ। 10% ਕੋਈ ਨਹੀਂ ਮੰਗਿਆ ਜਾ ਰਿਹਾ, ਇਹਨਾਂ ਨੂੰ ਕਿਹਾ ਵੀ ਸਹਿਮਤੀ ਨਾਲ ਜਿੰਨਾ ਰੀਜਨੇਬਲ ਹੈ ਵੀ ਤੁਹਾਨੂੰ ਵੀ ਕੋਈ ਤਕਲੀਫ ਨਾ ਹੋਵੇ ਅਤੇ ਦੁਕਾਨ ਵਾਲਿਆਂ ਨੂੰ ਵੀ ਕੋਈ ਘਾਟਾ ਨਾ ਹੋਵੇ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।